ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਨੂੰ ਲੈ ਕੇ ਆਏ ਦਿਨ ਨਵੀਆਂ-ਨਵੀਆਂ ਖਬਰਾਂ ਆਉਂਦੀਆਂ ਹੁਣ ਇਸੇ ਕੜੀ ਵਿੱਚ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ AI ਦੇ ਪਿਤਾਮਾ ਯਾਨੀ AI ਗੋਡਫਾਦਰ ਕਹਿ ਜਾਣ ਵਾਲੇ ਜ਼ੈਫਰੀ ਹਿੰਟਰ ਨੇ Google ਤੋਂ ਅਸਤੀਫਾ ਦੇ ਦਿੱਤਾ ਹੈ। ਇੰਨਾ ਹੀ ਨਹੀਂ ਜ਼ੈਫਰੀ ਹਿੰਟਰ ਨੇ AI ਤਕਨੀਕ ਨੂੰ ਬੇਹੱਦ ਖਤਰਨਾਕ ਦੱਸੇ ਹੋਏ ਲੋਕਾਂ ਨੂੰ ਇਸ ਬਾਰੇ ਜਾਗਰੂਕ ਵੀ ਕੀਤਾ ਹੈ। ਦਰਸਲ ਜ਼ੈਫਰੀ ਹਿੰਟਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਸਤੀਫੇ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਟਵੀਟ 'ਚ ਕਿਹਾ ਕਿ ਉਹਨਾਂ ਨੇ ਪਿਛਲੇ ਹਫ਼ਤੇ ਹੀ Google ਤੋਂ ਅਸਤੀਫਾ ਦਿੱਤਾ ਹੈ। ਤੋਂ ਦੱਸਦੀ ਕਿ ਜੂਫਰੀ ਹਿੰਟਰ ਦਾ ਨਾਂ AI ਤੇ ਆਧਾਰਿਤ ਨਵੀਂ ਟੈਕਨੋਲੋਜੀ ਲਿਆਉਣ ਲਈ ਜਾਣਿਆ ਜਾਂਦਾ ਹੈ ਜੋ ਇਸ ਸਮੇਂ ਵਰਤੀ ਜਾ ਰਹੀ ਹੈ ਜੈਫਰੀ ਹਿੰਟਰ ਨੇ ਨਵੀਂ AI ਆਧਾਰਿਤ ਤਕਨੀਕ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਤੋਂ ਦੱਸਦੀ ਕਿ ਜੂਫਰੀ ਹਿੰਟਰ ਲੰਬੇ ਸਮੇਂ ਤੋਂ ਤਕਨੀਕੀ ਕੰਪਨੀ Google ਦਾ ਹਿੱਸਾ ਹੈ ਉਹਨਾਂ ਨੇ 10 ਸਾਲ ਤੋਂ ਵੱਧ ਸਮੇਂ ਤੋਂ ਕੰਪਨੀ ਵਿੱਚ ਆਪਣੀ ਸੇਵਾ ਦਿੱਤੀ ਹੈ ਜੈਫਰੀ ਹਿੰਟਰ ਨੂੰ ਸਾਲ 2012 ਵਿੱਚ AI ਨਾਲ ਪਹਿਲੀ ਸਫਲਤਾ ਮਿਲੀ ਸੀ